ਸਤਿ ਕਾਲ ਜੀ ਦ ਟੂ ਨਾਰਥ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਸਿੱਧੂ ਐਂਡ ਦਿਸ ਵੀਡੀਓ ਇਸ ਸਪੌਂਸਰਡ ਬਾਈ ਸੀਡਬੀਸੀ ਇਮੀਗ੍ਰੇਸ਼ਨ ਐਂਡ ਐਕਿਨੌਕਸ ਲੌਜਿਸਟਿਕਸ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਜ ਸਕੱਤ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਨ ਚੀਨ ਵਿੱਚ ਪੂਰਬੀ ਏਸ਼ੀਆ ਸਿਕਾ ਸਮੇਲਨ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਤੂਫਾਨ ਮਿਲਚਨ ਕਾਰਨ ਅਮਰੀਕਾ 'ਚ ਹੋਏ ਨੁਕਸਾਨ ਤੇ ਵੀ ਸੋਗ ਦਾ ਪ੍ਰਗਟਾਵਾ ਕੀਤਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਕਿਊਬਿਕ ਸਰਕਾਰ ਨੇ ਲਿਆਂਦਾ ਬਿੱਲ ਕਿਊਬਿਕ ਸਰਕਾਰ ਨੇ ਸੂਬੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਵਾਸਤੇ ਆਪਣੇ ਆਪ ਨੂੰ ਨਵੀਆਂ ਸ਼ਕਤੀਆਂ ਦੇਣ ਲਈ ਇੱਕ ਕਾਨੂੰਨ ਪੇਸ਼ ਕੀਤਾ ਹੈ ਪੇਸ਼ ਕੀਤਾ ਗਿਆ ਬਿੱਲ ਕਿਊਬਿਕ ਚ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਜੋ ਪਿਛਲੇ 2 ਸਾਲਾਂ ਵਿੱਚ 3 ਲੱਖ ਤੋਂ ਵੱਧ ਕੇ 6 ਲੱਖ ਹੋ ਗਈ ਹੈ ਨੂੰ ਘਟਾਉਣ ਲਈ ਕੀਤੀ ਚਾਰੇ ਪਾਵਾਂ ਦੇ ਹਿੱਸੇ ਪਟਾਕੇ ਬਾਬਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣਾ ਪਵੇਗਾ ਵੱਧ ਜੁਰਮਾਨਾ ਸਰੀ ਸ਼ਹਿਰ ਵਿੱਚ ਪਟਾਕੇ ਵੇਚਣ ਤੇ ਚਲਾਉਣ ਬਾਬਤ ਬਣਾਏ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਹੁਣ ਵੱਧ ਜੁਰਮਾਨੇ ਦੇਣੇ ਪੈਣਗੇ ਸਿਟੀ ਆਫ ਸਰੀਫੋਲੋ ਕੌਂਸਲ ਦੀ ਮੀਟਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੋਣ ਵਾਲੇ ਜੁਰਮਾਨੇ 'ਚ ਵਾਧਾ ਕੀਤਾ ਗਿਆ ਹੈ ਮੌਜੂਦਾ ਨਿਯਮਾਂ ਦੇ ਤਹਿਤ ਉਲੰਘਣਾ ਲਈ 500 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਸੀ ਪਟਾਕੇ ਦੇ ਲੰਗਣਾਂ ਲਈ ਕੱਟੋ ਕਰ ਜੁਰਮਾਨੇ 100 ਡਾਲਰ ਨੂੰ ਵਧਾ ਕੇ 400 ਡਾਲਰ ਅਤੀਵਾਤ ਤੋਂ ਵਾਜੂਮਾਨੀ 5000 ਨੂੰ ਵਧਾ ਕੇ 50000 ਕਰ ਦਿੱਤਾ ਗਿਆ ਹੈ ਏਅਰਕੜਾ ਦੇ ਪਾਇਲਟਾਂ ਨੇ ਨਵੇਂ ਸਮਝੌਤੇ ਦੇ ਪੱਖ ਵਿੱਚ ਪਾਈ ਵੋਟ ਏਅਰਕੜਾ ਦੇ ਪਾਇਲਟਾਂ ਨੇ ਨਵੇਂ ਲੇਬਰ ਸਮਝੌਤੇ ਦੇ ਪੱਖ ਚ ਵੋਟ ਪਾ ਦਿੱਤੀ ਹੈ ਜਿਸ ਦੇ ਨਾਲ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਚ ਪਾਇਲਟਾਂ ਦੀ ਹੜਤਾਲ ਦਾ ਖਤਰਾ ਸਮਾਪਤ ਹੋ ਗਿਆ ਹੈ ਹਾਲਾਂਕਿ ਕੁਝ ਮੈਂਬਰਾਂ ਨੂੰ ਨਵੇਂ ਭਰਤੀ ਹੋਣ ਵਾਲੇ ਪਾਇਲਟਾਂ ਦੀ ਤਨਖਾਹ ਨੂੰ ਲੈ ਕੇ ਕੁਝ ਜਤਾਵਾ ਸੀ ਪਰ ਇਹ ਦੇ ਬਾਵਜੂਦ ਪਾਇਲਟਾਂ ਨੇ 4 ਸਾਲ ਦੇ ਲੇਬਰ ਸਮਝੌਤੇ ਨੂੰ ਮਨਜ਼ੂਰ ਕਰਨ ਲਈ ਵੋਟ ਪਾ ਦਿੱਤੀ ਹੈ AI ਦੇ ਗੋਡਫਾਦਰ ਜੈਫਰੀ ਹਿੰਟਨ ਨੂੰ ਮਿਲਿਆ ਨੋਬਲ ਲਿਪਰ ਪੁਰਸਕਾਰ ਇਸ ਸਾਲਾ ਪਾਤਿਕ ਵਿਗਿਆਨ ਦੇ ਖੇਤਰ 'ਚ ਨੋਬਲ ਪੁਰਸਕਾਰ ਵਿਗਿਆਨੀ ਜான் ਹਾਫੀਲ ਤੇ ਜੈਫਰੀ ਹਿੰਟਨ ਨੂੰ ਦਿੱਤੇ ਜਾਣ ਦਾ ਐਲਾਨ ਹੋ ਚੁੱਕਾ ਹੈ ਬ੍ਰਿਟਿਸ਼ ਕੰਰੀ ਦੇ ਵਿਗਿਆਨੀ ਜੈਫਰੀ ਹਿੰਟਨ ਨੂੰ AI ਦੇ ਗੋਡਫਾਦਰ ਵਜੋਂ ਵੀ ਜਾਣਿਆ ਜਾਂਦਾ ਹੈ ਦੇ ਬਾਵਜੂਦ ਉਹਨਾਂ ਨੇ ਖੁਦ AI ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਇਮੀਗ੍ਰੇਸ਼ਨ ਸਲਾਹਕਾਰ ਜਾਲ ਸਾਜ਼ਿਤੀ ਦੇ ਦੋਸ਼ੇ 'ਚ ਦੋ ਸਾਲੀ ਨਜ਼ਰਬੰਦ ਵਿਨੀਪੈਕ ਦੀ ਅਦਾਲਤ ਨੇ 45 ਸਾਲਾਏ ਇਮੀਗ੍ਰੇਸ਼ਨ ਸਲਾਹਕਾਰ ਬਲਕਰਨ ਸਿੰਘ ਨੂੰ ਇਮੀਗ੍ਰੇਸ਼ਨ ਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਘਰਾ ਦੇ ਦਿੱਤਾ ਹੈ ਅਦਾਲਤ ਨੇ ਦੱਸਿਆ ਗਿਆ ਹੈ ਕਿ ਬਲਕਰਨ ਸਿੰਘ ਨੇ ਵਿਦੇਸ਼ੀ ਧਾਰਮਿਕ ਮਸ਼ੀਨਰੀਆਂ ਨੂੰ ਅਲਾਮਾਈ ਤੋਂ ਛੋਟ ਦੇਣ ਵਾਲੀ ਸੰਗੀ ਸਰਕਾਰ ਦੇ ਪ੍ਰਬੰਧਨ ਨਾਲ ਜਾਇਜ਼ ਫਾਇਦਾ ਚੁੱਕਿਆ ਹੈ ਇਸ ਇਮੀਗ੍ਰੇਸ਼ਨ ਸਲਾਹਕਾਰ ਨੂੰ ਕਾਗਜ਼ਾ ਚਲਾਨੇ ਧਾਰਮਿਕ ਸੰਸਥਾ ਦੇ ਨਾਮ 'ਤੇ ਨੌਕਰੀਆਂ ਦੀ ਜਾਲ ਸਾਜ਼ੀ ਤਦਨੇ 202 ਸਾਲ ਦੀ ਘਰ ਵਿੱਚ ਨਜ਼ਰਬੰਦੀ ਤੇ 50000 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਚੋਡੋ ਨੇ ਆਸIAN ਸਮੇਲਨ ਦੌਰਾਨ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇ ਲਈ థਾਈਲੈਂਡ ਦੀ ਕੀਤੀ ਸ਼ਲਾਘਾ ਪ੍ਰਧਾਨ ਮੰਤਰੀ ਜਸਿਨ ਚੋਡੋ ਨੇ థਾਈਲੈਂਡ ਦੇ ਪ੍ਰਧਾਨ ਮੰਤਰੀ ਨੂੰ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇ ਲਈ ਉਹਨਾਂ ਦੇ ਦੇਸ਼ ਦੇ ਹਾਲੀਆ ਕਦਮ ਦੀ ਵਧਾਈ ਦਿੱਤੀ ਹੈ ਚੋਡੋ ਨੇ ਟਿੱਪਣੀਆਂ థਾਈਲੈਂਡ ਦੀ ਨਵੀਂ ਪ੍ਰਧਾਨ ਮੰਤਰੀ ਪਟੋਗ ਤਾਰਨ ਸ਼ਿਨਾਵਾਤਰਾ ਨਾਲ ਇਸ ਸਾਲ ਲੂਜ਼ ਦੀ ਰਾਸਥਾਨੀ ਵੀਂਚੀ ਵਿੱਚ ਆਯੋਜਿਤ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਆ ਨੈਸ਼ਨਲ ਸਮੇਲਨ ਵਿੱਚ ਸ਼ਿਰਕਤ ਕਰਨ ਦੌਰਾਨ ਦੋਵੱਲੀ ਮੁਲਾਕਾਤ ਰਾਤ ਕਿੰਨੀ ਹੈ ਟ੍ਰਾਮ ਨੇ ਪੁਤਿਨ ਨੂੰ ਭੇਜੀ ਸੀ ਕਰੋਨਾ ਟੈਸਟਿੰਗ ਕਿਟ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2020 ਵਿੱਚ ਕਰੋਨਾ ਮਹਾਮਾਰੀ ਦੌਰਾਨ ਉਸੇ ਰਾਸ਼ਟਰਪਤੀ ਵਲੋਂ ਤੈਮਰ ਪੁਤਿਨ ਨੂੰ ਰਜੀਵਾਰਤੋਨ ਕੋਵੀ ਟੈਸਟਿੰਗ ਕਿਟ ਭੇਜੀ ਸੀ ਅਮਰੀਕੀ ਪੱਤਰਕਾਰ ਬਾਬ ਵੁਡਵਰਡ ਨੇ ਆਪਣੀ ਕਿਤਾਬ ਵਾਰ ਦੇ ਵਿੱਚ ਇਸ ਦਾ ਖਲਾਸਾ ਕੀਤਾ ਇਸ ਮਦਦ ਤੋਂ ਬਾਅਦ ਪੁਤਿਨ ਟਰੰਪ ਨੇ ਇਸ ਗੱਲ ਨੂੰ ਗੋਪਤ ਰੱਖਣ ਦੀ ਚੇਤਾਵਨੀ ਵੀ ਦਿੱਤੀ ਸੀ ਟ੍ਰਾਮ ਨੇ ਫਾਕਸ ਨਿਊਜ਼ ਦੇ ਬਹਿਸ ਪ੍ਰਸਾਦ ਨੂੰ ਕੀਤਾ ਰੱਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨਾਲ ਟ੍ਰਾਮ ਨੇ ਅਕਤੂਬਰ ਦੇ ਅਖੀਰ ਵਿੱਚ ਰਾਸ਼ਟਰਪਤੀ ਅਹੁਦੇ ਦੀ ਬਹਿਸ ਦੀ ਮੇਜਬਾਨੀ ਕਰਨ ਦੇ ਫਾਕਸ ਨਿਊਜ਼ ਦੇ ਪ੍ਰਸਾਦ ਨੂੰ ਰੱਦ ਕਰ ਦਿੱਤਾ ਅਤੇ ਦਾਅਵਾ ਕੀਤਾ ਹੈ ਕਿ ਉਸ ਸਮੇਂ ਦੇ ਡੈਮੋਕ੍ਰੈਟਿਕ ਉਮੀਦਵਾਰ ਜੋ ਬਾਈਡਨ ਤੇ ਮੌਜੂਦਾ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਖਿਲਾਫ ਆਖਰੀ ਦੋ ਜਿੱਤ ਤੋਂ ਬਾਅਦ ਬਹਿਸ ਕਰਨ ਲਈ ਕੁਝ ਨਹੀਂ ਬਚਿਆ 14 ਅਮਰੀਕੀ ਰਾਜਾਂ ਵੱਲੋਂ ਟਿਕਟਾਕ 'ਤੇ ਮੁਕੱਦਮਾ ਟਿਕਟਾਕ ਨੂੰ ਅਮਰੀਕਾ ਦੇ 14 ਰਾਜਾਂ ਦੁਆਰਾ ਦਾ ਧਾਰਮਿਕ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਦੇ 'ਚ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀ ਨੌਜਵਾਨਾਂ ਤੇ ਬੱਚਿਆਂ ਨੂੰ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਨੂੰ ਲੈ ਕੇ ਪ੍ਰਭਾਵਿਤ ਕਰ ਰਹੀ ਹੈ ਇਸ ਮੁਕੱਦਮੇ ਦਾ ਉਦੇਸ਼ ਟਿਕਟਾਕ ਦੇ ਐਲਗੋਰਿਦਮ ਤੇ ਐਪ ਨਤੀਜੇ ਦੇ ਵਜੋਂ ਨੌਜਵਾਨ ਤੇ ਬੱਚੇ ਲੰਬੇ ਸਮੇਂ ਲਈ ਆਨਲਾਈਨ ਰਹਿੰਦੇ ਜਿਸ ਦੇ ਨਾਲ ਉਹਨਾਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ ਡੈਲੀਗੇਸ਼ਨ ਪਹੁੰਚਿਆ ਅਮਰੀਕਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਇੱਕ ਡੈਲੀਗੇਸ਼ਨ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਉਸੋ ਦੀ ਗਵਾਈ ਵਿੱਚ ਫ੍ਰੀਜ਼ਨੋ ਪਹੁੰਚਿਆ ਇਸ ਮੌਕੇ ਮੁੱਖ ਰੂਪ ਚ ਫ੍ਰੀਜ਼ਨੋ ਸਿਚ ਯੂਨੀਵਰਸਿਟੀ ਨਾਲ ਸੈਸਟਰੀ ਯੂਨੀਵਰਸਿਟੀ ਪ੍ਰੋਜੈਕਟ ਨੂੰ ਅੱਗੇ ਵਧਾ ਲਈ ਗੱਲਬਾਤ ਕਰਨ ਲਈ ਪਹੁੰਚੀ ਹੋਈ ਸੀ ਇਸ ਫੇਰੀ ਦਾਤ ਵਿਦਿਆਰਥੀ ਦੇ ਧਲਾਪਤੀ ਤੋਂ ਲੈ ਕੇ ਖੇਤੀ ਨੂੰ ਪਰਫੁੱਲਤ ਕਰਨ ਸੰਬੰਧੀ ਸਮਝੌਤੇ ਸ਼ਾਮਿਲ ਹੈ ਅਲੌਨ ਮਾਸਕ ਅਮਰੀਕਾ ਵਿੱਚ ਹੋ ਨਵੰਬਰ ਚ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ 'ਚ ਰਿਪਬਲਿਕਨ ਉਮੀਦਵਾਰ ਨਾਲ ਚੰਦਾ ਜਨਤਕਤਾ ਦੇ ਸਮਰਥਨ ਕਰ ਰਿਹਾ ਹੈ ਉਹਨਾਂ ਨੇ ਕਹਿਣਾ ਹੈ ਜੇਕਰ ਡੋਨਾਲਡ ਟਰੰਪ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੋਂ ਚੋਣ ਹਾਰ ਜਾਂਦੇ ਹੈ ਤਾਂ ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ ਮਸਨੀ ਵੀ ਕਹਿ ਕੇ ਜੇਕਰ ਕਮਲਾ ਹੈਰਿਸ ਚੋਣਾਂ 'ਚ ਜਿੱਤ ਜਾਂਦੀ ਹੈ ਤਾਂ ਸੰਭਵ ਹੈ ਕਿ ਅਮਰੀਕਾ 'ਚ ਦੁਬਾਰਾ ਕਦੇ ਚੋਣਾਂ ਨਹੀਂ ਹੋਣਗੀਆਂ ਫਲੋਰੀਡਾ ਕਟਨਾਲ ਟਕਰਾਇਆ ਮਿਲਟਨ ਤੂਫਾਨ ਫਲੋਰੀਡਾ ਚ ਮਿਲਟਨ ਤੂਫਾਨ ਕਾਰ ਤੀਜ ਹਵਾਵਾਂ ਦੇ ਨਾਲ ਬਾਰਿਸ਼ ਪਈ ਹੈ ਕੁਝ ਥਾਵਾਂ ਵਿੱਚ 18 ਇੰਚ ਤੱਕ ਬਾਰਿਸ਼ ਹੋਈ ਹੈ ਜਿਸ ਨਾਲ 4 ਵਿਕਤੀਆਂ ਦੀ ਮੌਤ ਹੋ ਚੁੱਕੀ ਹੈ ਤੂਫਾਨ ਕਰਕੇ ਫਲੋਰੀਡਾ ਦੇ ਵੱਡੇ ਹਿੱਸੇ ਵਿੱਚ ਬਿਜਲੀ ਗਲ ਹੋ ਗਈ ਹੈ 32 ਲੱਖ ਤੋਂ ਵੱਧ ਲੋਕ ਹਨੇਰੇ ਵਿੱਚ ਰਹਿਣ ਲਈ ਮਜਬੂਰ ਹੈ ਅਮਰੀਕਾ ਨੇ ਬੰਗਲਾਦੇਸ਼ ਨਾਲ ਸਹਿਯੋਗ ਜਾਰੀ ਰੱਖਣ ਦਾ ਕੀਤਾ ਵਾਦਾ ਅਮਰੀਕਾ ਨੇ ਆਰਥਿਕ ਸਥਿਰਤਾ ਲੋਕਤੰਤਰ ਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਤੇ ਰਹੀਗੀ ਸ਼ਰਨਾਥੀ ਸੰਕਰ ਨਾਲ ਨੇ ਜੇਠਾ ਲਈ ਬੰਗਲਾਦੇਸ਼ ਨਾਲ ਚੱਲ ਰਹੀ ਗੱਲਬਾਤ ਨੂੰ ਜਾਰੀ ਰੱਖ ਲਈ ਆਪਣੀ ਵਚਨਬੱਤਾ ਪ੍ਰਗਟਾਈ ਹੈ ਰਿਪੋਰਟ ਦੇ ਅਨੁਸਾਰ ਜੇਕਰ ਗੱਲ ਕੀਤੀ ਜਾਏ ਤਾਂ ਅਮਰੀਕੀ ਵਿਦੇਸ਼ ਵਿਭਾਗ ਦੇ ਬਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਵਿਦੇਸ਼ ਮੰਤਰੀ ਐਂਟਨੀ ਬਲਿੰਕਰ ਨੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਮੋਹਮਦ ਯੂਨਿਸ ਨਾਲ ਆਪਕਾਰੀ ਮੀਟਿੰਗ ਕੀਤੀ ਤੇ ਇਹਨਾਂ ਸਾਰੇ ਮੁੱਦਿਆਂ ਤੇ ਤਕਨੀਕ ਨੂੰ ਅੱਗੇ ਵਧਾਉਣ ਲਈ ਸਹਿਯੋਗ ਜਾਰੀ ਰੱਖਣ ਦੀ ਉਮੀਦ ਜਤਾਈ ਹੈ ਗੈਸ ਸਟੇਸ਼ਨ ਤੇ ਹਥਿਆਰਬੰਦ ਲੁੱਟਖੋ ਦੌਰਾਨ ਗੋਲੀ ਲੱਗਣ ਨਾਲ ਇੱਕ ਵਿਅਕਤੀ ਗੰਭੀਰ ਜ਼ਖਮੀ ਪ੍ਰੋਵਿੰਸ਼ਲ ਪੁਲਿਸ ਅਮਨਾ ਟਾਊਨਸ਼ਿਪ ਵਿੱਚ ਡਫਰਨ ਓਪੀਪ ਅਧਿਕਾਰੀਆਂ ਨੂੰ ਸਵੇਰੇ ਕਰੀਬ 11:30 ਵਜੇ ਕੌਂਟੀ ਰੋਡ 109 ਤੇ ਬੁਲਾਇਆ ਗਿਆ ਫਾਰ ਆਰਮਜ਼ ਨਾਲ ਲੈਸ ਇੱਕ ਸ਼ੱਕੀ ਗੈਸ ਸਟੇਸ਼ਨ ਤੋਂ ਦਾਖਲ ਹੋਇਆ ਹੈ ਪੁਲਿਸ ਦੇ ਅਨੁਸਾਰ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ ਤੇ ਉਸ ਨੂੰ ਗੰਭੀਰ ਸੱਟਾਂ ਨਾਲ ਚੋਮਾ ਸੈਂਟਰ ਲੈ ਜਾਣਾ ਪਿਆ ਪੁਲਿਸ ਹਥਿਆਰਬੰਦ ਕੈਤੀ ਦੀ ਰਿਪੋਰਟ ਦੀ ਜਾਂਚ ਕਰ ਰਹੀ ਹੈ ਨਿਊ ਜਰਸੀ ਚ ਮਨਾਇਆ ਗਿਆ ਦੁਸਹਿਰੇ ਦਾ ਤਿਹਾਰ ਇੰਜੋ ਅਮਰੀਕਨ ਭਾਰਤੀਆਂ ਨੇ ਨਿਊ ਜਰਸੀ ਦੇ ਐਡੀਸਨ ਵਿੱਚ 26ਵੇਂ ਸਾਲ ਚ ਪਰਵੇਸ਼ ਕਰਦੇ ਸਾਲਾ ਦਾ ਵਿਸ਼ਾਲ ਦੁਸਹਿਰੇ ਦਾ ਤਿਹਾਰ ਪਾਪਾਈਨੀ ਪਾਕ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਿਦੇ ਵਿੱਚ 15000 ਤੋਂ ਵੱਧ ਲੋਕ ਪਹੁੰਚੇ ਹੋਏ ਸੀ ਦਿਨ ਭਰ ਚੱਲਣ ਵਾਲੀ ਸਵੇਰ ਚਾਤ ਸਮਾਗਮ ਚ ਭਾਰਤੀ ਮੂਲ ਦੇ ਪਰਿਵਾਰਾਂ ਨੇ 12:30 ਵਜੇ ਤੋਂ ਲੈ ਕੇ ਰਾਤ 8:30 ਵਜੇ ਤੱਕ ਚੱਲਣੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲਿਆ ਹੈ ਚੋਣਾ ਤੋਂ ਪਹਿਲਾਂ ਟਰੰਪ ਨੇ ਫਿਰ ਕੀਤੀ મોદી ਦੀ ਤਾਰੀਫ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾ ਤੋਂ ਪਹਿਲਾ ਇੱਕ ਵਾਰ ਫਿਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਹੈ ਪਿਛਲੇ 2 ਮਹੀਨਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਵਿੱਚ ਗੀਤ ਗਾਇਆ ਕੱਲ੍ਹ ਬਾਅਦ ਦੌਰਾਨ ਟਰੰਪ ਨੇ ਵੀ ਮੋਦੀ ਦੀ ਨਕਲ ਕੀਤੀ ਹੈ ਟਰੰਪ ਨੇ ਕਿਹਾ ਹੈ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਭਾਰਤ ਬਹੁਤ ਅਸਥਿਰ ਸੀ ਉਹਨਾਂ ਨੇ ਪੀਐਮ ਮੋਦੀ ਨੂੰ ਆਪਣਾ ਦੋਸਤ ਦੱਸਿਆ ਹੈ ਪੁਲਿਸ ਨੇ ਸੈਂਡੀ ਹਿੱਲ ਵਿੱਚ ਵਾਹਨ ਚੋਰੀ ਦੇ ਮੁੱਲਜ਼ਮ ਦੀ ਪਛਾਣ ਲਈ ਲੋਕਾਂ ਤੋਂ ਮੰਗੀ ਮਦਦ। ਅਟਾਵਾ ਪੁਲਿਸ ਸਰਵਿਸ ਤੋਂ ਪਿਛਲੇ ਮਹੀਨੇ ਸੈਂਡੀ ਹਿੱਲ ਵਿੱਚੋਂ ਇੱਕ ਵਾਹਨ ਚੋਰੀ ਵਿੱਚ ਸ਼ਾਮਲ ਇੱਕ ਸ਼ੱਕੀ ਦੀ ਪਛਾਣ ਕਰਨ ਚ ਲੋਕਾਂ ਤੋਂ ਮਦਦ ਮੰਗ ਰਹੀ ਹੈ। ਪੁਲਿਸ ਦੇ ਅਨੁਸਾਰ ਇਹ ਘਟਨਾ 15 ਸਤੰਬਰ ਨੂੰ ਦੁਪਹਿਰ 1:30 ਵਜੇ ਤੋਂ ਸ਼ਾਮ 4:30 ਵਜੇ ਦੇ ਵਿਚਕਾਰ ਹੋਈ ਹੈ ਜਦੋਂ ਸ਼ੱਕੀ ਨੇ ਕਈ ਤੌਰ ਤੇ ਕਿੰਗ 에ਅਰਵੁੱਡ ਐਵੈਨਿਊ ਦੇ 800 ਬਲਾਕ ਵਿੱਚ ਖੜੀ ਇੱਕ ਕਾਰ ਚੋਂ ਕੀਮਤੀ ਸਮਾਨ ਚੋਰੀ ਕਰ ਲਿਆ ਹੈ ਸਾਊਥ ਏਸ਼ੀਅਨ ਪੁਲ ਦੇ ਤਿੰਨਦਰਜਨ ਤੋਂ ਵੱਧ ਉਮੀਦਵਾਰ ਚੋਣ ਮੈਦਾਨ 'ਚ ਬ੍ਰਿਟਿਸ਼ ਕੋਲੰਬੀਆ 'ਚ ਹੋ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਦੌਰਾਨ ਸਾਊਥ ਏਸ਼ੀਅਨ ਪੁਲ ਦੇ ਤਿੰਨਦਰਜਨ ਤੋਂ ਵੱਧ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹੈ ਸੂਬੇ 'ਚ 43 ਦੀ ਸੁਬਾਈ ਚੋਣਾਂ 19 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਪੀਸੀ ਵਿੱਚ ਪ੍ਰਮੁੱਖ ਮੁਕਾਬਲਾ ਬੀਸੀ ਐਨਡੀਪੀ ਤੇ ਬੀਸੀ ਕੰਜੋਈ ਚ ਪਾਰਟੀ ਦਰਮਿਆਨ ਮੰਨਿਆ ਜਾ ਰਿਹਾ ਹੈ ਟਾਂਡੋ ਜੋ ਲੁਟੇਰੀ ਨਗਦੀ ਨਾਲ ਭਰਿਆ ਸੂਟਕੇਸ ਲੈ ਕੇ ਫਰਾਰ ਹੈ ਟਾਂਡੋ ਦੇ ਉੱਤੇ ਵਿੱਚ ਪੁਲਿਸ ਨੇ ਥਾਰ ਹਿੱਲ ਵਿੱਚ ਇੱਕ ਹਿੰਸਕ ਡਕੈਤੀ ਦਾ ਵੀਡੀਓ ਜਾਰੀ ਕੀਤਾ ਹੈ ਜਿਦੇ ਚ ਲੁਟੇਰੀਆ ਨੇ ਪੀੜਤੀ ਕਾਰ ਵਿੱਚ ਵੜ ਕੇ ਨਗਦੀ ਨਾਲ ਭਰਿਆ ਸੂਟਕੇਸ ਲੁੱਟ ਲਿਆ ਯੋਕ ਰੀਜਨਲ ਪੁਲਿਸ ਨੇ ਜਾਰੀ ਇੱਕ ਪ੍ਰੈਸ ਰੀਲੀਜ਼ ਦੇ ਵਿੱਚ ਕਿਹਾ ਕਿ ਘਟਨਾ 8 ਅਕਤੂਬਰ ਨੂੰ ਸ਼ਾਮ 5 ਵਜੇ ਤੋਂ ਬਾਅਦ ਯੋਂਗ ਸਟਰੀਟ ਅਤੇ ਮਿਚਿਊ ਵਿਊ ਐਵੇਨਿਊ ਕੋਲ ਇੱਕ ਵਾਂਜੀਕ ਪਲਾਜ਼ਾ ਵਿੱਚ ਹੋਈ ਹੈ ਸੰਬਰ ਮਹੀਨੇ ਕਿਰਾਇਆ ਵਿੱਚੋਂ 2.1% ਦਾ ਵਾਧਾ ਕੀਤਾ ਗਿਆ ਅਦਰਜ ਪਰਵਾਦੇ ਦੀ ਦਰ ਚ ਮਹੀਨਾਵਾਰ ਕਮੀ ਲਗਾਤਾਰ ਚੱਰੀ ਇੱਕ ਨਵੀਂ ਰਿਪੋਰਟ ਦੇ ਸਾਰੇ ਕਿਨਾ ਵਿੱਚ ਕਿਰਾਏ ਵਧਨ ਦੀ ਰਫਤਾਰ ਅਕਤੂਬਰ 2021 ਤੋਂ ਬਾਅਦ ਦੀ ਸਭ ਤੋਂ ਵੱਧ ਹੇਠਲੇ ਪੱਧਰ ਤੇ ਪਹੁੰਚ ਗਈ ਹੈ ਦਸੰਬਰ ਵਿੱਚ ਸਾਲ ਦਰਸਾਰ ਆਧਾਰ ਤੇ ਕਿਰਾਏ ਵਿੱਚ 2.1% ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਐਨਚਿਨ ਵਿੱਚੋਂ ਪੂਰਬੀ ਏਸ਼ੀਆ ਸਿਕਰ ਸਮੇਲਨ ਤੋਂ ਇਲਾਵਾ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ tufaan ਮਿਲਚਨ ਕਾਰਨ ਅਮਰੀਕਾ 'ਚ ਹੋਏ ਜਾਣੇ ਨੁਕਸਾਨ ਦੇ ਵੀ ਸੋਗ ਪ੍ਰਗਟਾਇਆ ਹੈ NASA ਦੀ ਨਵੀਂ ਕ੍ਰਾਂਤੀ ਲੇਜ਼ਰ ਰਾਹੀਂ ਡਾਟਾ ਪੇਜੋਂ ਦਾ ਸਫਲ ਪ੍ਰੀਖਣ NASA ਨੇ ਪੁਲਾੜ ਸੰਚਾਰ ਦੀ ਦਿਸ਼ਾ 'ਚ ਇੱਕ ਨਵੀਂ ਕ੍ਰਾਂਤੀ ਲਿਆ ਦਿੱਤੀ ਹੈ ਤੇ ਲੇਜ਼ਰ ਰਾਹੀਂ ਡਾਟਾ ਪੇਜੋਂ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ। ਉਹਨਾਂ ਨੇ 200 GB ਪ੍ਰਤੀ ਸਕਿੰਦੀ ਦਰ ਨਾਲ ਡਾਟਾ ਪੇਜੋਂ ਦਾ ਨਵਾਂ ਰਿਕਾਰਡ ਬਣਾਇਆ। NASA ਨੇ ਆਪਣੀ ਜ਼ਮੀਨੀ ਸਟੇਸ਼ਨ ਤੇ ਸਾਬਿਤ ਇਸ ਘਟਕਿੰਤੀ ਵਾਲੇ ਆਪਟੀਕਲ ਟਰਮੀਨਲ ਤੋਂ ਵੱਡਾ ਲੇਜ਼ਰ ਸਨਿਆ ਜੋ ਕਿ ਟੈਰਾਬਾਈਟ ਇਨਫਰਾ ਰੈੱਡ ਡਿਲੀਵਰੀ ਸੀ 3 ਦੇ ਹੇਠਲੇ ਪੰਜ ਕਮਰੇ ਇੱਕ ਟਿਸ਼ੂ ਬਾਕਸ 'ਚ ਆਕਾ ਦੇ ਨੈਨੋ ਸੈਟੇਲਾਈਟ ਨੂੰ ਭੇਜਿਆ ਬ੍ਰੈਂਟਨ ਦੇ ਕਾਰ ਵਿੱਚ ਇੱਕ ਵਿਅਕਤੀ ਮਿਲਿਆ ਮ੍ਰਿਤਕ ਪੀਲਰਿਸਨਲ ਪੁਲਿਸ ਦਾ ਕਹਿਣਾ ਹੈ ਕਿ ਰਾਤ ਨੂੰ ਬ੍ਰੈਂਟਨ ਦੇ ਇੱਕ ਕਾਰ ਵਿੱਚ ਇੱਕ ਵਿਅਕਤੀ ਦੇ ਮ੍ਰਿਤਕ ਮਿਲਣ ਤੋਂ ਬਾਅਦ ਹੋਮਿਸਾਈਡ ਡਿਟੈਕਟਿਵਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਸ਼ਾਮ ਕਰੀਬ 5:30 ਵਜੇ ਮੈਡੀਕਲ ਸਹਾਇਤਾ ਕਾਲ ਮਿਲਨ ਤੋਂ ਬਾਅਦ ਅਧਿਕਾਰੀ ਡਿਕਸੀ ਰੋਡ ਅਤੇ ਵਿਲੀਅਮਸ ਪਾਰਕਵੇ ਦੇ ਇਲਾਕੇ ਵਿੱਚ ਲਾਰਡ ਸਿਮ ਕੋ ਡਰਾਈਵ ਦੇ ਸਥਿਤਕਾਰ ਦੇ ਵਿੱਚ ਪਹੁੰਚੇ ਆ ਪੁਲਿਸ ਨੇ ਕੁਝ ਬਿਵਰਾ ਚਾਰੀ ਕੀਤਾ ਪਰ ਅਧਿਕਾਰੀ ਕੰਜਤਾ ਕਰਦੇ ਬਾਹਰ ਰਹੀ ਹੈ ਭਾਰਤੀ ਅਮਰੀਕੀਆਂ ਨੇ ਉੱਘੇ ਉਦਯੋਪਪਤੀ ਰਤਨ ਟਾਟਾ ਦੀ ਮੌਤ ਤੇ ਪ੍ਰਗਟਾਇਆ ਸੋਗ ਭਾਰਤੀ ਅਮਰੀਕੀਆਂ ਨੇ ਉੱਘੇ ਉਦਯੋਪਪਤੀ ਤੇ ਪਾਰੋਪਕਾਰੀ ਰਤਨ ਨਵਲ ਟਾਟਾ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ ਹੈ ਤੇ ਉਹਨਾਂ ਨੂੰ ਅਜਿਹੇ ਵਿਅਕਤੀ ਵਜੋਂ ਯਾਦ ਕੀਤਾ ਹੈ ਜਿਨ੍ਹਾਂ ਨੇ ਭਾਰਤ ਨੂੰ ਵਧੇਰੇ ਖੁਸ਼ਹਾਲੀ ਤੇ ਵਿਕਾਸ ਵੱਲ ਤੋਰਿਆ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਜਿਨ੍ਹਾਂ ਨੇ ਇੱਕ ਸੇ ਸਮੂਹ ਨੂੰ ਭਾਰਤ ਦੇ ਸਭ ਤੋਂ ਵੱਡੇ ਤੇ ਸਭ ਤੋਂ ਪ੍ਰਭਾਵਸ਼ਾਲੀ ਸੋਚ ਬਦਲ ਦਿੱਤਾ ਹੈ ਨੇ 11 ਜੁਲਾਈ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਏ

ਸਰੀ ਦੇ ਹਰਪ੍ਰੀਤ ਸਿੰਘ ਨੂੰ ਕਤਲ ਮਾਮਲੇ ਵਿੱਚ ਹੋਈ 10 ਸਾਲ ਦੀ ਸਜ਼ਾ 2020 ਵਿੱਚ ਨਿਊਟਰਨਲ ਟਾਊਨ ਹਾਊਸ ਕੰਪਲੈਕਸ ਵਿੱਚ ਵਾਪਰੀ ਸ਼ੁਰੂਆਤੀ ਦੀ ਵਿੱਚ ਇੱਕ ਔਰਤ ਦੀ ਮਾਰ ਤੋਂ ਗਈ ਸੀ ਤੇ 2 ਸਾਲ ਦਾ ਇੱਕ ਬੱਚਾ ਤੇ ਇੱਕ ਹੋਰ ਵਿਅਕਤੀ ਜਖਮੀ ਹੋਏ ਸੀ ਨਿਊ ਮਿੰਸਟਰ ਵਿੱਚ ਸਿੱ ਤੋਂ ਬੀਸੀ ਦੀ ਸੁਪਰੀਮ ਕੋਰਟ ਨੇ ਹਰਪ੍ਰੀਤ ਸਿੰਘ ਨੂੰ ਕਤਲ ਦੇ ਇੱਕ ਦੋਸ਼ ਤੇ ਹਮਲਾ ਕਰਨ ਦੇ ਦੋ ਮਾਮਲਿਆਂ ਦੇ ਵਿੱਚ 10 ਸਾਲ ਦੀ ਕੈਦੀ ਸਜ਼ਾ ਸੁਣਾਈ ਹੈ ਨਾਲ ਹੀ ਹਰਪ੍ਰੀਤ ਤੇ 10 ਸਾਲ ਦੀ ਹਥਿਆਰ ਰਖੰਦੀ پابੰਦੀ ਲਗਾ ਦਿੱਤੀ ਦੀ ਗਈ ਹੈ ਨਿਊਯਾਰਕ ਵਿੱਚੋਂ ਗੁਰਦਾਸ ਮਾਨ ਇਟਰੀ ਅਵਾਰਡ ਦੇ 골ਡ ਮੈਡਲ ਨਾਲ ਸਨਮਾਨਿਤ ਪੰਜਾਬੀ ਗਾਇਕ ਦੇ ਬਾਬਾ ਬੋੜ ਤੇ ਉੱਚ ਕੋਟੀ ਦੇ ਅਦਾਕਾਰ ਗੁਰਦਾਸ ਮਾਨ ਇਨੀ ਦੁਨੀਆ ਅਮਰੀਕਾ ਦੇ ਸੰਗੀਤਕ ਦੁਆਰੇ ਤੇ ਹੈ ਉਹਨਾਂ ਦਾ ਬੀਤੇ ਦਿਨ ਨਿਊਯਾਰਕ ਵਿੱਚ ਹੋਇਆ ਪਹਿਲਾ ਸ਼ੋਅ ਬਹੁਤ ਹੀ ਸਫਲ ਰਿਹਾ ਇਸ ਮੌਕੇ ਕਲੱਬ ਦੇ ਅਧਿਕਾਰੀਆਂ ਵੱਲੋਂ ਗੁਰਦਾਸ ਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ ਯੂਨੀਵਰਸਿਟੀ ਆਫ ਟੋਰਾਂਟੋ ਦੇ ਜ਼ੈਫਰੀ ਹਿੰਟਨ ਨੂੰ ਮਿਲਿਆ ਫਿਜ਼ਿਕਸ ਦਾ ਗਲੋਬਲ ਪੁਰਸਕਾਰ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿਗਿਆਨੀ ਜ਼ੈਫਰੀ ਹਿੰਟਨ ਤੇ ਪ੍ਰਿੰਸਟਨ ਯੂਨੀਵਰਸਿਟੀ ਦੇ ਚਾਨ ਹਾਫੀਜ਼ ਨੂੰ 2024 ਦੇ ਫਿਜ਼ਿਕਸ ਦੇ ਗਲੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ ਇਹ ਪੁਰਸਕਾਰ ਉਨ੍ਹਾਂ ਨੂੰ ਬਣਾਉਟੀ ਨਿਊਰਲ ਨੈਟਵਰਕ ਰਾਹੀਂ ਮਸ਼ੀਨ ਲਰਨਿੰਗ ਨੂੰ ਸਮਰੱਥ ਬਣਾਉਣ ਵਾਲੀਆਂ ਕਾਢਾਂ ਤੇ ਖੋਜਾਂ ਲਈ ਦਿੱਤਾ ਗਿਆ ਬੀਤੇ ਦਿਨ ਕੈਲੀਫੋਰਨੀਆ ਰਾਜ ਦੇ ਸ਼ਹਿਰ ਫ੍ਰਿਜ਼ਨੋ ਦੇ ਇੱਕ ਪਾਤੀ ਰੈਸਟੋਰੈਂਟ ਦੇ ਬਾਹਰ ਹੋਈ ਟਕਰਾਅ ਦੌਰਾਨ ਇੱਕ ਪੰਜਾਬੀ ਨੌਜਵਾਨ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਵੰਪਾਗੀ ਖਬਰ ਸਾਹਮਣੇ ਆ ਰਹੀ ਹੈ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਨੌਜਵਾਨ ਵਿਅਕਤੀ ਦੀ ਪਛਾਣ ਲਬਰੀਤ ਸਿੰਘ ਵਜੋਂ ਹੋਈ ਹੈ ਜੋ ਹੁਣ ਫ੍ਰਿਜ਼ਨੋ ਪੁਲਿਸ ਦੀ ਹਿਰਾਸਤ ਵਿੱਚ ਹੈ ਫ੍ਰਿਜ਼ਨੋ ਪੁਲਿਸ ਵਿਭਾਗ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਕਿ ਲੰਘੇ ਦਿਨ ਫ੍ਰਿਜ਼ਨੋ ਵਿੱਚ ਪਾਤੀ ਰੈਸਟੋਰੈਂਟ ਘਰ ਹਾਸ ਅਤੇ ਬਾਹਰ ਹੋਈ ਦੋਨਾਂ ਦੇ ਰਾ ਵਿਚ ਇੱਕ ਵਿਅਕਤੀ ਦੀ ਮਾਤ ਹੋਈ ਹੈ ਅਮਰੀਕੀ ਯੂਨੀਵਰਸਿਟੀਆਂ ਕਰਨੀਆਂ ਭਾਰਤੀ ਵਿਦਿਆਰਥੀਆਂ ਤੇ ਖੋਜੀਆਂ ਦਾ ਮਾਰਗਦਰਸ਼ਨ ਅਮਰੀਕਾ ਦੇ ਵਿੱਚੋਂ ਭਾਰਤੀ ਸਫਾਤਖਾਨੀ ਨੇ ਬਿਆਨ ਵਿੱਚ ਕਹਿ ਕੇ ਵਰਚੂਲੀ ਮਾਰਗਦਰਸ਼ਨ माग ਲੜੀ ਸਿੱਖਿਆ ਮੰਤਰਾਲੇ ਤੇ ਪਾਰ ਦੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਤਾਲਮੇ ਨਾਲ ਕੀਤੀ ਗਈ ਪਹਿਲ ਕਦਮੀ ਹੈ ਤੇ ਇਹ ਭਾਰਤੀ ਯੂਨੀਵਰਸਿਟੀਆਂ ਖਾਸ ਕਰਕੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਵਿਦਿਆਰਥੀਆਂ ਨੂੰ ਸਿੱਖਣ ਲਈ ਅਮਰੀਕੀ ਯੂਨੀਵਰਸਿਟੀਆਂ ਨਾਲ ਜੋੜਨ ਦੀ ਪਹਿਲ ਕਰਦੀ ਹੈ ਇਹਦਾ ਮਕਸਦ ਭਾਰਤੀ ਵਿਦਿਆਰਥੀਆਂ ਤੇ ਖੋਜੀਆਂ ਨੂੰ ਉਹਨਾਂ ਦੇ ਖੋਜ ਦੇ ਖੇਤਰ ਵਿੱਚ ਨਵੀਨਤਮ ਵਿਕਾਸ ਤੋਂ ਜਾਣੂ ਕਰਵਾਉਣਾ ਹੈ ਇਹ ਸੀ ਹੁਣ ਤੱਕ ਦੀਆਂ ਅਪਡੇਟਸ ਮੈਨੂੰ ਆਸਤੂਦੂ ਦੇ ਜੱਜ ਸਤਿ ਸ਼੍ਰੀ ਅਕਾਲ